ਸਤਿ ਸ਼੍ਰੀ ਅਕਾਲ ਫਰੈਂਡਸ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਫੇਸ ਮਾਸਕ ਬ੍ਰਾਈਟ ਅਤੇ ਗਲੋਇੰਗ ਸਕਿਨ ਵਾਸਤੇ ਜਿਸ ਦੇ ਲਈ ਸਾਨੂੰ ਸਮਾਨ ਚਾਹੀਦਾ ਹੈ ਇੱਕ ਚਮਚ ਬੇਸਨ ਇੱਕ ਟੀਸਪੂਨ ਹਲਦੀ ਥੋੜ੍ਹਾ ਜਿਹਾ ਨਿੰਬੂ ਦਾ ਰਸ ਲਿਆ ਹੈ ਚਮਚ ਲੈ ਸਕਦੇ ਹੋ ਤੁਸੀਂ ਡੇਢ ਚਮਚ ਦਹੀਂ ਲਿਆ ਹੈ ਕੁਛ ਗਰਮ ਪਾਣੀ ਲਿਆ ਹੈ ਚਲੋ ਫਰੈਂਡਸ ਸਟਾਰਟ ਕਰਦੇ ਹਾਂ ਫੇਸ ਮਾਸਕ ਬਣਾਉਣਾ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਬੇਸਨ ਇੱਕ ਵੱਡਾ ਚਮਚ ਬੇਸਨ ਦਾ ਲਿਆ ਹੈ ਇੱਕ ਟੀਸਪੂਨ ਹਲਦੀ ਲਈ ਹੈ ਇਹਨਾਂ ਦੋਨਾਂ ਚੀਜ਼ਾਂ ਨੂੰ ਪਹਿਲਾਂ ਸੁੱਕਾ ਹੀ ਰਲਾ ਲਵਾਂਗੇ ਹੁਣੇ ਦੋਨੋਂ ਚੀਜ਼ਾਂ ਚੰਗੀ ਤਰ੍ਹਾਂ ਮਿਕਸ ਹੋ ਗਈਆਂ ਹਨ ਯਾਦ ਰੱਖਣਾ ਹੈ ਕਿ ਹਲਦੀ ਵਧੀਆ ਵਾਲੀ ਜਾਂ ਔਰਗੈਨਿਕ ਹੀ ਲੈਣੀ ਹੈ ਹੁਣ ਆਪਾਂ ਇਸ ਦੇ ਵਿੱਚ ਐਡ ਕਰਾਂਗੇ ਨਿੰਬੂ ਦਾ ਰਸ ਹੁਣ ਐਡ ਕਰਾਂਗੇ ਦਹੀਂ ਹੌਲੀ ਹੌਲੀ ਐਡ ਕਰਾਂਗੇ ਦਹੀਂ ਹੁਣ ਇਸਨੂੰ ਮਿਕਸ ਕਰਨਾ ਸਟਾਰਟ ਕਰਾਂਗੇ ਹੌਲੀ ਹੌਲੀ ਦਹੀਂ ਐਡ ਕਰ ਲਿਆ ਹੈ ਇਸਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਲਓ ਜੀ ਫਰੈਂਡਸ ਫੇਸ ਮਾਸਕ ਰੈਡੀ ਹੈ ਹੁਣ ਆਪਾਂ ਇਸਨੂੰ ਫੇਸ 'ਤੇ ਅਪਲਾਈ ਕਰਾਂਗੇ 20 ਤੋਂ 25 ਮਿੰਟ ਫੇਸ 'ਤੇ ਲੱਗਾ ਰਹਿਣ ਦੇਵਾਂਗੇ ਅਤੇ ਉਸ ਤੋਂ ਬਾਅਦ ਫੇਸ ਨੂੰ ਚੰਗੀ ਤਰ੍ਹਾਂ ਪਾਣੀ ਨਾਲ ਧੋ ਲਵਾਂਗੇ ਇਸ ਮਾਸਕ ਨੂੰ ਤੁਸੀਂ ਹਫ਼ਤੇ ਦੇ ਵਿੱਚ ਦੋ ਵਾਰ ਯੂਜ਼ ਕਰ ਸਕਦੇ ਹੋ ਇਸ ਮਾਸਕ ਨੂੰ ਯੂਜ਼ ਕਰਨ ਨਾਲ ਸਕਿਨ ਬਹੁਤ ਹੀ ਜ਼ਿਆਦਾ ਬ੍ਰਾਈਟ ਸ਼ਾਈਨਿੰਗ ਅਤੇ ਬਹੁਤ ਜ਼ਿਆਦਾ ਸਮੂਥ ਹੋ ਜਾਂਦੀ ਹੈ ਤੁਸੀਂ ਵੀ ਇਸ ਮਾਸਕ ਨੂੰ ਜ਼ਰੂਰ ਟਰਾਈ ਕਰੋ ਅਤੇ ਸਾਨੂੰ ਕਮੈਂਟਸ ਦੇ ਵਿੱਚ ਸ਼ੇਅਰ ਕਰੋ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਥੈਂਕ ਯੂ ਸੋ ਮੱਚ